ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਤੇ ਹੋਵਾਂ ਪਨਸਾਰ ਆਪ ਨੇ ਕਿਰਪਾ ਰਹਿਤ ਕੀਤੀ ਸਰਦਾਰ ਸਤਨਾਮ ਸਿੰਘ ਜੀ ਦੇ ਸਪੁੱਤਰ ਕਾਕਾ ਲਵਪ੍ਰੀਤ ਸਿੰਘ ਦਾ ਸ਼ੁਭ ਆਨੰਦ ਵਿਆਸ ਸੱਚੇ ਪਾਤਸ਼ਾਹ ਜੀ ਸਰਦਾਰ ਕਮਲਜੀਤ ਸਿੰਘ ਦੀ ਸਪੁੱਤਰੀ ਬੀਬਾ ਅਨਮੋਲ ਕੌਰ ਜੀ ਦੇ ਨਾਲ ਹੋਣਾ ਨਿਯਤ ਹੋਇਆ ਸੱਚੇ ਪਾਤਸ਼ਾਹ ਇਸ ਵਕਤ ਗੁਰਮੁਖ ਪਰਿਵਾਰ ਸੱਚੇ ਪਾਤਸ਼ਾਹ ਜੀ ਬਰਾਤ ਚੱਲਣ ਤੋਂ ਪਹਿਲਾਂ ਆਪ ਜੀ ਦੇ ਚਰਣਾ ਕਮਲਾਂ ਪਾਸ ਅਰਦਾਸ ਬੇਨਤੀ ਕਰ ਰਹੇ ਹਨ। ਆਪ ਜੀ ਦੀ ਕਿਰਪਾ ਕਰਨੀ ਸੱਚੇ ਪਾਤਸ਼ਾਹ ਬੱਚੇ ਬੱਚੇ ਦੇ ਸਿਰ ਤੇ ਮਿਹਰ ਫਰਿਆਦ ਰੱਖਣਾ। ਆਰੰਭੇ ਕਾਰ ਦੇ ਵਿੱਚ ਆਪ ਜੀ ਨੇ ਆਪ ਸਹਾਈ ਹੋਣਾ, ਰਸਤੇ ਪਿੰਡ ਵਿੱਚ ਆਪ ਜੀ ਨੇ ਆਪ ਸਹਾਈ ਹੋਣਾ, ਕਿਰਪਾ ਕਰਨੀ ਕਾਰਜ ਨਿਰਵਿਘਨਤਾ ਸਹਿਤ ਆਪ ਜੀ ਨੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੰਪੂਰਨ ਕਰਵਾ ਲੈਣੇ, ਆਪ ਜੀ ਨੇ ਵਿੱਚ ਵਰਤ ਕੇ ਸੰਪੂਰਨ ਕਰਵਾ ਲੈਣੇ ਜੀ। ਕਿਰਪਾ ਕਰਨੀ ਜਿਸ ਭਾਵਨਾ ਸ਼ਰਧਾ ਨੂੰ ਲੈ ਕਰਕੇ ਗੁਰਮੁਖ ਪਰਿਵਾਰ ਆਪ ਜੀ ਦੇ ਚਰਣਾ ਕਮਲਾਂ ਪਾਸ ਹਾਜ਼ਰ ਹੋਇਆ ਹੈ, ਆਪ ਜੀ ਨੇ ਕਿਰਪਾ ਕਰਨੀ ਭਾਵਨਾ ਸ਼ਰਧਾ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਗੁਰਮੁਖ ਪਰਿਵਾਰ ਦੀਆਂ ਅਰਦਾਸਾਂ ਬੇਨਤੀਆਂ ਚਰਣਾ ਕਮਲਾਂ ਵਿਖੇ ਪ੍ਰਵਾਨ ਕਰਨੀਆਂ, ਮਿਸ਼ਠਾਨ ਦੇ ਪ੍ਰਸ਼ਾਦ ਰਹਾਨ ਹਾਜ਼ਰ ਹਨ ਸੱਚੇ ਪਾਤਸ਼ਾਹ। ਕਿਰਪਾ ਕਰਨੀ ਬੇਅੰਤ ਮਾਇਆ ਹਾਜ਼ਰ ਕੀਤੀ ਗਈ ਜਿਹਨਾਂ ਜਨਾਨਿਆਂ ਵਿੱਚ ਸੇਵਾਵਾਂ ਕੀਤੀਆਂ ਗਈਆਂ, ਜਿਨ੍ਹਾਂ ਨੇ ਭਰਪੂਰ ਏਕੋ ਨੇ ਫਾਰਮਾਂ ਨੇ ਪਤੇ ਕੋਸ਼ਿਸ਼ ਕਰਨੀ ਜੀ, ਕਰੋ ਕਿਰਪਾ ਆਪ ਦੀ ਕਰਨ ਦੀ ਆਗਿਆ, ਕੋਸ਼ਿਸ਼ ਕਰੋ ਸਹੀ ਪਿਆਰੇ ਬੇਅੰਤ ਜਨਾਨਿਆਂ ਆਪ